ਉਹਨਾਂ ਨੂੰ ਬਹੁਤ ਇੰਟਰਸਟ ਸੀਗਾ ਕੁੱਤਿਆਂ ਦੀਆਂ ਦੌੜਾਂ 'ਚ। ਕੈਨੇਡਾ ਤੋਂ ਕੁੱਤਾ ਮੰਗਾ, ਚਾਹੇ ਕਿਤੇ ਹੁਣ ਪੰਜਾਬ 'ਚ ਚਾਹੇ ਹਰਿਆਣੇ 'ਚ ਕਿਤੇ ਹੁਣ ਹਰ ਥਾਂ ਉਹ ਆਪਣੇ ਕੁੱਤੇ ਲੈ ਕੇ ਜਾਂਦੇ ਸੀ। ਅਜੇ ਭਜਾ ਲਿਆ ਭਜਾਉਣਾ ਲੱਗਦਾ ਤੁਹਾਨੂੰ ਵੀ ਮਾਰਕਾ ਮਾਰ ਜੂਗਾ? ਹਾਂ ਉਮੀਦ ਤਾਂ ਪੂਰੀ ਆ ਨਾ, ਕਿਉਂਕਿ ਕੈਨੇਡਾ ਤੋਂ ਆਇਆ ਕੁੱਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖਦੇ ਹੋ ਨਿਰਪੱਖ ਪੋਸਟ, ਮੈਂ ਦਾਰਾ ਕਬੱਦੀ ਮੌਜੂਦ ਆ ਜੀ ਪੱਖੋਵਾਲੇ ਨੇੜਲੇ ਪਿੰਡ ਲੀਲ, ਜਿੱਥੇ ਕਿ ਇੱਥੇ ਅੱਜ ਸਵਰਗਵਾਸੀ ਗੁਰਮੇਲ ਸਰਪੰਚ ਗੁਰਮੇਲ ਸਿੰਘ ਜੀ ਲੀਲ ਧਾਲੀਵਾਲ ਉਹਨਾਂ ਦੀ ਯਾਦ ਦੇ ਵਿੱਚ ਕੁੱਤਿਆਂ ਦੀਆਂ ਟਰੈਕ ਦੌੜਾਂ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ ਹਨ। ਅੱਜ 16ਵੀਂ ਟਰੈਕ ਦੌੜ ਦਾ ਜਿਹੜਾ ਉਦਘਾਟਨ ਪ੍ਰਿੰਸੀਪਲ ਸੁਰਜੀਤ ਕੌਰ ਕੈਨੇਡਾ ਉਹਨਾਂ ਵੱਲੋਂ ਕੀਤਾ ਗਿਆ। ਆਪਾਂ ਗੱਲ ਕਰਾਂਗੇ ਪ੍ਰਿੰਸੀਪਲ ਸੁਰਜੀਤ ਕੌਰ ਜੀ ਨਾਲ ਅਤੇ ਗੱਲ ਕਰਾਂਗੇ ਗੁਰਮੇਲ ਸਿੰਘ ਦੇ ਬੇਟੇ ਮਨਦੀਪ ਸਿੰਘ ਜੀ ਨਾਲ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ ਜੀ। ਅੱਜ ਸਰਪੰਚ ਗੁਰਮੇਲ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਕਿੰਨੇ ਚਿਰ ਤੋਂ ਖੇਡਾਂ ਕਰਵਾ ਰਹੇ ਹੋ, ਕੀ ਸਰਪੰਚ ਸਾਹਿਬ ਨੂੰ ਇਹਨਾਂ ਖੇਡਾਂ ਨਾਲ ਲਗਾ ਸੀ? ਉਹਨਾਂ ਨੂੰ ਬਹੁਤ ਇੰਟਰਸਟ ਸੀਗਾ ਕੁੱਤਿਆਂ ਦੀਆਂ ਦੌੜਾਂ 'ਚ, ਚਾਹੇ ਕਿਤੇ ਹੁਣ ਪੰਜਾਬ 'ਚ ਚਾਹੇ ਹਰਿਆਣੇ 'ਚ ਕਿਤੇ ਹੁਣ ਹਰ ਥਾਂ ਉਹ ਆਪਣੇ ਕੁੱਤੇ ਲੈ ਕੇ ਜਾਂਦੇ ਸੀ, ਇਸ ਲਈ ਅਸੀਂ ਉਹਨਾਂ ਦੀ ਇੱਛਾ ਮੁਤਾਬਕ ਇਹ ਖੇਡਾਂ ਕਰਵਾਉਂਦੇ ਹਾਂ। ਅੱਜ ਅਸੀਂ ਦੇਖਿਆ ਵੀ ਜਿਹੜੇ ਸਰਪੰਚ ਸਾਹਿਬ ਦੇ ਹਾਣੀ ਸੀਗੇ ਉਹ ਵੀ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹਨ, ਅਤੇ ਜਿਹੜੇ ਪ੍ਰੇਮੀ ਨੇ ਖੇਡ ਪ੍ਰੇਮੀ ਨੇ ਉਹਨਾਂ ਦਾ ਉਤਸ਼ਾਹ ਦੇਖ ਕੇ ਲੱਗ ਰਿਹਾ ਵੀ ਜਿਹੜੀ ਉਹਨਾਂ ਦੀ ਰੂਹ ਨੂੰ ਜਿਹੜਾ ਸਕੂਨ ਮਿਲੂਗਾ, ਕਿਉਂਕਿ ਉਹਨਾਂ ਦਾ ਇਹਨਾਂ ਖੇਡਾਂ ਨਾਲ ਲਗਾਅ ਸੀ। ਅੱਜ ਉਹਨਾਂ ਨੂੰ ਚਾਹੁਣ ਵਾਲੇ ਖੇਡਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਬਹੁਤ ਵੱਡੀ ਗਿਣਤੀ ਵਿੱਚ ਆਏ ਹੋਏ ਨੇ ਜੀ। ਮੈਂ ਜਿੰਨੇ ਵੀ ਆਏ ਨੇ ਵੀਰ ਆਪਣੇ ਕੁੱਤੇ ਲੈ ਕੇ, ਜਿੰਨੇ ਵੀ ਬੱਚੇ ਆਏ ਨੇ ਜੋ ਮੇਰੇ ਪੁੱਤਰਾਂ ਦੇ ਥਾਂ ਲੱਗਦੇ ਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਉਹ ਹਰੇਕ ਸਾਲ ਆਉਂਦੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਜਿੰਨਾ ਚਿਰ ਅਸੀਂ ਇਹ ਖੇਡਾਂ ਕਰਵਾਉਂਦੇ ਹਾਂ ਤੁਸੀਂ ਇਸੇ ਤਰ੍ਹਾਂ ਆਉਂਦੇ ਰਹੋ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕਿਹੜੇ ਕਿਹੜੇ ਕਿੰਨੀ ਕਿੰਨੀ ਦੂਰੋਂ ਆਏ ਨੇ? ਤਾਂ ਅਸੀਂ ਜਿਵੇਂ ਦੇਖਿਆ ਵੀ ਕਾਫੀ ਜੰਗਮੈਨ ਨੇ, ਕਾਫੀ ਨੇ, ਸਾਰੇ ਪੰਜਾਬ 'ਚੋਂ ਹੀ ਆਉਂਦੇ ਆ ਜੀ, ਆਪਣੇ ਜਿਵੇਂ ਡਰੋਲੀ ਭਾਈ ਹੁਣਾਂ ਉਧਰੋਂ ਸਾਰੇ ਪਾਸਿਓਂ ਆਉਂਦੇ ਨੇ। ਮਨਦੀਪ ਸਿੰਘ ਜਿਹੜੇ ਨਾਮ ਨੇ ਅੱਜ ਰੱਖੇ ਗਏ ਨੇ ਉਹ ਕਿਹੜੇ ਕਿਹੜੇ ਨੇ ਜੀ? ਫਸਟ ਪ੍ਰਾਈਜ਼ ਮੋਟਰਸਾਈਕਲ ਆ ਜੀ, ਉਹ ਸਾਡੇ ਵੱਡੇ ਭਰਾ ਨੇ ਲੁਧਿਆਣੇ ਤੋਂ, ਉਹਨਾਂ ਨੇ ਦੇਣਾ ਜੀ। ਅਤੇ ਬਾਕੀ ਪਹਿਲਾ ਦੂਜਾ ਨਾਮ 21,000 ਆ ਇੱਦਾਂ, ਮਗਰ 8ਵੇਂ ਤੱਕ ਨਾਮ ਚੱਲਦਾ ਜੀ। ਛੋਟੇ ਕਤੂਰੇ ਤੋਂ ਪਾਲ ਕੇ ਕੁੱਤਾ ਭਜਾਉਂਦੇ ਸੀਗੇ, ਉਹਨਾਂ ਨੂੰ ਇੰਨਾ ਸ਼ੌਂਕ ਸੀ। ਜਿਹੜੇ ਜਿਵੇਂ ਅਸਲੀ ਸ਼ਿਕਾਰੀ ਪਹਿਲਾਂ ਹੁੰਦੇ ਸੀ ਨਾ, ਆਪ ਪਾਲ ਕੇ ਆਪ ਭਜਾਉਂਦੇ ਸੀ, ਸਾਡੀ ਮਾਤਾ ਜੀ ਹੁਣੀ ਚੁੰਗੜੀਆਂ ਦੁੱਧ ਪਿਆ ਕੇ ਪਾਲਦੇ ਰਹੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਇਹਦਾ, ਅਤੇ ਐਨ ਆਪਦੇ ਅੰਤਮ ਦਿਨਾਂ ਤੱਕ ਕੁੱਤਾ ਭਾਜੇ ਕੁੱਤੇ ਭਜਾਉਂਦੇ ਰਹੇ ਆ ਜੀ। ਵਾਲੇ ਦਿਨਾਂ ਦੇ ਵਿੱਚ ਕਿਵੇਂ ਲੱਗਦਾ ਤੁਹਾਨੂੰ ਜਿਹੜੀਆਂ ਖੇਡਾਂ ਨੇ ਇਸ ਤੋਂ ਵੀ ਅੱਗੇ ਕਰਵਾਈਆਂ ਜਾਣਗੀਆਂ, ਜਿਹੜੇ ਇਨਾਮ ਨੇ ਉਹ ਵਧਾਏ ਜਾਣਗੇ? ਇਨਾਮ ਵੀ ਵਧਾਏ ਜਾ ਸਕਦੇ ਆ ਜੀ, ਪਰ ਇਹ ਪਰਿਵਾਰਕ ਰੱਖਿਆ ਹੋਇਆ ਸੀ ਪਹਿਲੇ ਦਿਨ ਤੋਂ ਹੀ ਬਈ, ਅਸੀਂ ਲਗਾਤਾਰ ਕਰਾਉਣਾ ਜਿੰਨਾ ਚਿਰ ਵੱਧ ਤੋਂ ਵੱਧ ਸਾਡੇ ਕੋਲ ਹੈਗੇ ਆ ਸਾਹ ਦਿੱਤੇ ਰੱਬ ਨੇ, ਕਰਾਉਂਦੇ ਰਹੀਏ ਬਈ। ਜੇ ਪਹਿਲਾਂ ਹੀ ਅਸੀਂ ਜੇ ਇੱਕ ਦੋ ਵਾਰੀ ਕਰਾ ਕੇ ਛੱਡਣੀਆਂ ਹੁੰਦੀਆਂ ਤਾਂ ਸ਼ਾਇਦ ਨਾਮ ਬਹੁਤ ਕਰਾ ਕੇ ਹਟ ਵੀ ਜਾਂਦੇ ਹਨ। ਹੁਣ ਹੌਲੀ ਹੌਲੀ ਜਿਹੜੇ ਹਿਸਾਬ ਨਾਲ ਚੱਲ ਰਿਹਾ ਬਾਕੀ ਸਾਰਿਆਂ ਭਰਾਵਾਂ ਦੀਆਂ ਸਲਾਹਾਂ ਦੇ ਨਾਲ, ਇਨਾਮ ਵੀ ਵਧੀ ਜਾਣਗੇ ਅਤੇ ਸਾਲ ਵੀ ਵਧੀ ਜਾਣਗੇ। ਪੈਸੇ ਦੇ ਕੇ ਕਰਾਉਣ ਵਾਲਾ ਕੰਮ ਹੈ ਨੀਗਾ, ਜਿੰਨੇ ਸਾਰੇ ਕੰਮ ਕਰ ਰਹੇ ਨੇ ਮੁੰਡੇ ਆਪਣੇ ਸਾਰੇ ਯਾਰ ਦੋਸਤ ਨੇ ਜੀ, ਆਪਦਾ ਸਮਝ ਕੇ ਕਰਦੇ ਆ। ਦੇਖੋ ਬਾਈ ਜੀ ਹੁਣ ਕਿਵੇਂ ਕੁੱਤਿਆਂ ਦੇ ਜਿਹੜੀ ਉਹ ਮਾਲਸ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਭੱਜਣਾ ਵਾ ਜਾਂ ਭੱਜ ਚੁੱਕੇ ਹਨ ਬਹੁਤ ਹੀ। ਇਹਨਾਂ ਨੂੰ ਜਿਹੜੀ ਜਿਹੜੀ ਖੁਰਾਕ ਆ ਇਹਨਾਂ ਦੀ, ਜਿਵੇਂ ਕਿ ਅਸੀਂ ਗੱਲ ਕੀਤੀ ਆ ਖੁਰਾਕ ਆ ਜਿਹੜੀ, ਉਹ ਵੀ ਇਹ ਕਾਫੀ ਦੱਸਦੇ ਨੇ ਬਾਈ ਜੀ ਹੁਣੀ ਵੀ ਇੱਕ ਦਿਨ ਦੇ ਵਿੱਚ 300-400 ਰੁਪਏ ਦੀ ਅਸੀਂ ਇਹਨੂੰ ਜਿਹੜੀ ਆ ਖੁਰਾਕ ਖਿਲਾ ਦਿੰਦੇ। ਤੁਹਾਡਾ ਨਾਮ ਕੀ ਆ ਜੀ? ਅਮਰਤ ਪ੍ਰਾਪਰਟੀ। ਤੁਸੀਂ ਇਹ ਖੇਡਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਹਿੱਸਾ ਲੈ ਰਹੇ ਹੋ? ਹਾਂਜੀ ਹਾਂਜੀ। ਇਹ ਕੁੱਤਾ ਤੁਹਾਡਾ ਜੀ? ਹਾਂਜੀ ਹਾਂਜੀ। ਇਹ ਹਰ ਸਾਲ ਭਜਾਉਂਦੇ ਹੋ ਤੁਸੀਂ? ਹਾਂਜੀ ਬਾਹਰੋਂ ਮੰਗਾਇਆ ਜੀ। ਕਿਹੜੇ ਦੇਸ਼ ਤੋਂ ਜੀ? ਇਹ ਕੈਨੇਡਾ ਤੋਂ ਆਇਆ। ਕੈਨੇਡਾ ਤੋਂ? ਕੈਨੇਡਾ ਤੋਂ ਕੁੱਤਾ ਮੰਗਾਇਆ। ਕੀ ਕਿਹੜੀ ਨਸਲ ਦਾ ਜੀ? ਗ੍ਰੇਹਾਊਂਡ ਆ। ਗ੍ਰੇਹਾਊਂਡ ਆ। ਹੁਣ ਮੰਗਾਇਆ ਪਿਛਲੀ ਵਾਰੀ? ਨਹੀਂ, ਕੀ ਮੰਗਾਇਆ? ਐਤਕੀ ਮੰਗਾਇਆ। ਅਜੇ ਭਜਾ ਲਿਆ ਭਜਾਉਣਾ? ਭਜਾਉਣਾ। ਅਜੇ ਭਜਾਉਣਾ ਲੱਗਦਾ ਤੁਹਾਨੂੰ ਵੀ ਮਾਰਕਾ ਮਾਰ ਜੂਗਾ? ਹਾਂ ਕਰ, ਉਮੀਦ ਤਾਂ ਪੂਰੀ ਆ ਨਾ, ਕਿਉਂਕਿ ਕੈਨੇਡਾ ਤੋਂ ਆਇਆ ਕੁੱਤਾ। ਇਹ ਬਾਈ ਜੀ ਹੁਣੀ ਕੁੱਤੇ ਨੂੰ ਚੱਕੀ ਖੜੇ ਨਾਲ ਗੱਲ ਇਹਨਾਂ ਨਾਲ ਵੀ ਕਰਾਂਗੇ। ਬਾਈ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ? ਝਿੰਗੜਾ ਤੋਂ ਜੀ। ਝਿੰਗੜਾ? ਝਿੰਗੜਾ ਅਸੀਂ ਹੁਸ਼ਿਆਰਪੁਰ ਤੋਂ ਆਏ। ਬੜੀ ਦੂਰੋਂ ਆਏ ਹੋ ਤੁਸੀਂ, ਹੈ ਨਾ? ਤੁਸੀਂ ਇੱਥੇ ਹਰ ਸਾਲ ਆਉਂਦੇ ਹੋ? ਹਾਂਜੀ ਹਾਂਜੀ। ਅਤੇ ਕਿਵੇਂ ਰਿਹਾ ਅੱਜ ਤੁਹਾਡਾ ਕੁੱਤਾ? ਜਿੱਤ ਗਿਆ ਜੀ। ਜਿੱਤ ਗਿਆ? ਅਤੇ ਇੱਕ ਸਾਨੂੰ ਸਾਡੇ ਸਰੋਤਿਆਂ ਨੂੰ ਦੱਸੋ ਵੀ ਕੁੱਤੇ ਦੀ ਖੁਰਾਕ ਕੀ ਹੈ ਜੀ? ਕੁੱਤੇ ਦੀ ਖੁਰਾਕ ਭਲਵਾਨਾਂ ਵਾਲੀ ਆ ਜੀ। ਕਿਹੜੀ ਕਿਹੜੀ ਆ ਜੀ?
ਦੁੱਧ ਘਿਓ ਮੀਟ ਹਾਂਜੀ ਹੋਰ ਵੀ ਬਹੁਤ ਰੋਜ਼ਾਨਾ ਪਾਉਂਦੇ ਇਹਨੂੰ ਹਾਂਜੀ ਮਾਸਾਹਾਰੀ ਜਾਨਵਰ ਹੈ ਜੀ ਮੀਟ ਰੋਜ਼ ਹੀ ਆ ਜੀ ਅੱਛਾ ਮੀਟ ਰੋਜ਼ ਪੈਂਦਾ ਇਹਨੂੰ ਤਾਂ ਹੀ ਵੇ ਜਿੰਨਾ ਜਿੰਨਾ ਤਾਕਤਵਰ ਆ ਤਾਂ ਹੀ ਬਣਦਾ ਹਨਾ ਹਾਂਜੀ ਔਰ ਮੋਟਾ ਮੀਟ ਨਹੀਂ ਪੈਂਦਾ ਜੀ ਸੂਪ ਵਗੈਰਾ ਪੈਂਦਾ ਹਨਾ ਸੂਪ ਵਗੈਰਾ ਹਨਾ ਬਦਾਮ ਵਗੈਰਾ ਵੀ ਖਾਉਂਦੇ ਹੋ ਬਦਾਮ ਵੀ ਦੇਈਦੇ ਬਿਲਕੁਲ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਆਪਾਂ ਇਹਨਾਂ ਦੇ ਮੂੰਹ ਚ ਪਾਉਨੇ ਆ ਜੀ ਇਦਾਂ ਦੀ ਸ਼ੌਂਕ ਹੀ ਹੁੰਦਾ ਹਨਾ ਬਿਲਕੁਲ ਸ਼ੌਂਕ ਆ ਜੀ ਇਹਨਾਂ ਦਾ ਕੁੱਤਾ ਵੀ ਭੱਜ ਚੁੱਕਿਆ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਤੁਹਾਡਾ ਕੁੱਤਾ ਭੱਜ ਚੁੱਕਿਆ ਹਾਂਜੀ ਭੱਜ ਤੁਸੀਂ ਕਿਹੜੇ ਪਿੰਡ ਤੋਂ ਬੀਲਾ ਪਿੰਡ ਹੈ ਸਰ ਬੀਲਾ ਪਿੰਡ ਬਰਨਾਲੇ ਹਰ ਸਾਲ ਆਉਂਦੇ ਹੋ ਤੁਸੀਂ ਹਾਂਜੀ ਹਾਂ ਸਰ ਅੱਜ ਕਿਵੇਂ ਰਹੀ ਦੌੜ ਤੁਹਾਡੇ ਕੁੱਤੇ ਦੀ ਵਧੀਆ ਰਹੀ ਜੀ ਇੱਕ ਰਾਉਂਡ ਕੱਢ ਗਏ ਜੀ ਕੁੱਤਾ ਕਿਹੜੀ ਨਸਲ ਦਾ ਜੀ ਇਹ ਗ੍ਰੇ ਹਾਉਂਡ ਨਸਲ ਹੈ ਸ਼ਿਕਾਰੀ ਕਹਿੰਦੇ ਆ ਜਿਹਨੂੰ ਪੰਜਾਬੀ 'ਚ ਇਹਦੀ ਕੁੱਤੇ ਦੀ ਖੁਰਾਕ ਕੀ ਹੈ ਜੀ ਇਹਦੀ ਖੁਰਾਕ ਬਹੁਤ ਜ਼ਿਆਦਾ ਆ ਜੀ ਕੀ ਆ ਦੱਸੋ ਸਾਡੇ ਸਰੋਤਿਆਂ ਨੂੰ ਇਹਨੂੰ ਚਿਕਨ ਵੀ ਪਾਉਣਾ ਪੈਂਦਾ ਜੀ ਇਹਦੀ ਫੀਡ ਵੀ ਸਪੈਸ਼ਲ ਆਉਂਦੀ ਆ ਅੱਛਾ ਜੀ ਅਤੇ ਗਰਮੀ 'ਚ ਦਹੀਂ ਪਾਉਣਾ ਪੈਂਦਾ ਇਹਨੂੰ ਇਹਨੂੰ ਇਹਦੀ ਜਾਣੀ ਅਲੱਗ ਹੀ ਆ ਅਲੱਗ ਹੀ ਆ ਇਹਦੀ ਹੈ ਨਾ ਖਾਂਦਾ 200 ਰੁਪਈਏ ਰੋਜ਼ ਦਾ ਰੋਜ਼ ਦਾ ਖਾਂਦਾ ਅਤੇ ਕਿੰਨੇ ਕੁ ਤੁਸੀਂ ਨਾਮ ਜਿੱਤ ਚੁੱਕੇ ਹੋ ਨਾਮ ਬਹੁਤ ਜਿੱਤ ਚੁੱਕੇ ਹਾਂ ਹਾਂਜੀ ਅੱਜ ਤੁਸੀਂ ਇੱਥੇ ਆ ਗਏ ਤੁਸੀਂ ਨੰਬਰ 'ਤੇ ਨਹੀਂ ਹਜੇ ਨੰਬਰ ਕੋਈ ਨਹੀਂ ਤੁਹਾਡਾ ਕੁੱਤਾ ਭੱਜ ਚੁੱਕਿਆ ਜਿਹੜੇ ਕੁੱਤੇ ਨਾਲ ਤੁਹਾਡੀ ਦੌੜ ਸੀ ਪਾਰ ਪਹਿਲਾ ਰਾਊਂਡ ਪਾਰ ਕਰ ਲਿਆ ਹਾਂਜੀ ਪਹਿਲਾ ਰਾਊਂਡ ਲੱਗਦਾ ਤੁਹਾਨੂੰ ਉਮੀਦ ਆ ਤੁਹਾਡੇ ਕੁੱਤੇ 'ਤੇ ਹਾਂ ਉਮੀਦ ਤਾਂ ਸਾਰੇ ਲੈ ਕੇ ਆਉਂਦੇ ਆ ਹਾਂ ਠੀਕ ਹੈ ਜੀ ਆਪਾਂ ਹੋਰ ਵੀ ਤੁਹਾਨੂੰ ਕਰਾਉਂਦੇ ਇੱਥੇ ਜਿਹੜੇ ਹੋਰ ਬਾਈ ਜਿਹਨੂੰ ਕੁੱਤੇ ਲੈ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਬਾਈ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਹੈਂਜੀ ਰੋਟਕਾ ਖੁਰਦ ਕਿਹੜਾ ਰੋਟਕਾ ਜਿਹੜਾ ਡੇਲੋ ਕੋਲ ਗਰਾਇਆਂ ਲੱਗੇ ਗਰਾਇਆਂ ਦੇ ਕੋਲੋਂ ਹਰ ਸਾਲ ਆਉਂਦੇ ਹੋ ਤੁਸੀਂ ਹਰ ਸਾਲ ਹੀ ਕੁੱਤਾ ਭੱਜ ਚੁੱਕਿਆ ਤੁਹਾਡਾ ਭੱਜ ਚੁੱਕਿਆ ਇਹਦੇ ਨਾਲ ਭੱਜਿਆ ਉਹ ਤੋਂ ਜਿੱਤ ਗਿਆ ਉਹ ਤੋਂ ਜਿੱਤ ਗਿਆ ਠੀਕ ਹੈ ਜੀ ਬਾਕੀ ਅਗਲੇ ਰਾਊਂਡ ਹੋਣੇ ਨੇ ਹਾਂ ਅਗਲੇ ਰਾਊਂਡ ਹੋਣੇ ਹੁਣ ਲੱਗਦਾ ਵੀ ਮਾਰ ਜੂੰਗੇ ਬਾਜੀ ਦੇਖੋ ਹੁਣ ਇਹ ਤਾਂ ਪਰਮਾਤਮਾ ਦੇ ਹੱਥ ਆ ਨਾ ਉਮੀਦ ਤਾਂ ਹਰ ਇੱਕ ਨੂੰ ਹੁੰਦੀ ਹੈ ਨਾ ਹਾਂਜੀ ਹਾਂਜੀ ਹੈਂਜੀ ਹਾਂਜੀ ਹਾਂਜੀ ਦਿਖਾਵਾਂਗੇ ਤੁਹਾਨੂੰ ਅਸੀਂ ਇਹਨਾਂ ਦੀਆਂ ਦੌੜਾਂ ਆਓ ਜੀ ਸਾਡੇ ਕੋਲ ਤੁਸੀਂ ਵਿਅਕਤੀ ਦੇਖ ਰਹੇ ਹੋ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਵੀ ਅੱਜ ਸਰਪੰਚ ਸਾਹਿਬ ਦੀ ਯਾਦ ਦੇ ਵਿੱਚ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਤੁਹਾਨੂੰ ਕਿਵੇਂ ਲੱਗਦਾ ਕਿਵੇਂ ਮਹਿਸੂਸ ਕਰ ਰਹੇ ਹੋ ਸਭ ਤੋਂ ਪਹਿਲਾਂ ਸਾਬਕਾ ਸਰਪੰਚ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਰਾ ਪਰਿਵਾਰ ਆ ਗੁਰਮੇਲ ਸਿੰਘ ਦੀ ਯਾਦ ਦੇ ਵਿੱਚ ਹਰ ਸਾਲ ਕਰਾ ਰਹੇ ਨੇਗੇ ਪੰਡ ਵਾਲਿਆਂ ਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਵੀ ਹਰ ਸਾਲ ਇਹ ਸਾਰਾ ਪਿੰਡ ਜੁੜਦਾ ਸਾਡਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਖੇਡ ਮੇਲਾ ਜਿਹੜਾ ਇਹਦੇ ਨਾਲ ਉਹਨਾਂ ਜ਼ਰੂਰ ਨੂੰ ਜ਼ਰੂਰ ਸਕੂਨ ਮਿਲੀ ਕੋਈ ਕਿਉਂਕਿ ਉਹਨਾਂ ਦਾ ਜਿੰਨਾ ਲਗਾਅ ਸੀ ਜਿੰਨਾ ਉਹ ਪਾਲਣ ਪੋਸ਼ਣ ਕਰਦੇ ਸੀ ਛੋਟੇ ਕੁ ਦੂਰੇ ਤੋਂ ਲੈ ਕੇ ਮੇਰਾ ਖਿਆਲ ਆ ਬਈ ਹਰੇਕ ਬੰਦਾ ਨਹੀਂ ਕਰ ਸਕਦਾ ਅਤੇ ਉਹ ਇੱਕ ਜਿਸ ਤਰ੍ਹਾਂ ਆਪਾਂ ਇੱਕ ਬੱਚੇ ਨੂੰ ਪਾਲਦੇ ਹਾਂ ਉਸ ਢੰਗ ਨਾਲ ਹੀ ਉਹ ਕਤੂਰੇ ਨੂੰ ਪਾਲਦੇ ਸੀਗੇ ਉਹਨਾਂ ਦੇ ਨਹੁੰ ਦੇ ਵਿੱਚੋਂ ਵੀ ਮੈਲ ਕੱਢਦੇ ਰਹੇ ਸੀਗੇ ਇੰਨਾ ਜ਼ਿਆਦਾ ਲਗਾਅ ਸੀ ਉਹਨਾਂ ਦਾ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ ਜੀ ਬਿਲਕੁਲ ਵਧੀਆ ਉਹਨਾਂ ਨੂੰ ਪਹਿਲਾਂ ਤਾਂ ਸਪੋਰਟਸ ਨਾਲ ਲਗਾਓ ਸੀਗਾ ਵਧੀਆ ਪਲੇਅਰ ਕਬੱਡੀ ਦੇ ਸੀਗੇ ਉਹ ਇਸੇ ਲਈ ਜਿਹਨੂੰ ਇੱਕ ਚੀਜ਼ ਦਾ ਸ਼ੌਂਕ ਨਾ ਉਹਨੂੰ ਹੋਰ ਵੀ ਆਉਂਦੇ ਨੇ ਉਹਨਾਂ ਨੂੰ ਕੁੱਤਿਆਂ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਮਰਦੇ ਦਮ ਤੱਕ ਉਹ ਕੁੱਤਿਆਂ ਨੂੰ ਬਹੁਤ ਪਿਆਰ ਕਰਦੇ ਇਹ ਜੀ ਲਗਾਤਾਰ ਉਹਨਾਂ ਨੇ ਜਿਹੜੀ ਸਰਪੰਚੀ ਸਾਡੇ ਪਿੰਡ ਦੀ ਸ਼ਾਨ ਵਧਾਈ ਆ ਪਹਿਲਾਂ ਤਾਂ ਉਹਦੇ ਬਹੁਤ ਵੱਡੀ ਦੇਣ ਸੀਗੀ ਉਸ ਤੋਂ ਬਾਅਦ ਜਿਹੜਾ ਫਿਰ ਉਹਨਾਂ ਨੇ ਕਬੱਡੀ ਦੇ ਸ਼ੌਂਕ ਲਗਾਇਆ ਨਾਂ ਰੋਸ਼ਨ ਕੀਤਾ ਉਹਦਾ ਉਹ ਵੀ ਇੱਕ ਇਲਾਕੇ 'ਚ ਨਾਂ ਚੱਲਿਆ ਕਬੱਡੀ ਖਿਡਾਰੀ ਦਾ ਵੀ ਉਸ ਤੋਂ ਬਾਅਦ ਕੁੱਤਿਆਂ ਜਿਹੜਾ ਸ਼ੌਂਕ ਉਹਨੇ ਪਾਲਿਆ ਕੁੱਤਿਆਂ ਠੀਕ ਆ ਬਹੁਤ ਸਕਾਰੀ ਰੱਖਦੇ ਆ ਬਹੁਤ ਵਧੀਆ ਵਾ ਪਰ ਇਹਨਾਂ ਦੀ ਗੱਲ ਕੋਈ ਵੱਖਰੀ ਸੀਗੀ ਤੁਸੀਂ ਕੀ ਮਹਿਸੂਸ ਕਰਦੇ ਹੋ ਜੀ ਅੱਜ ਸਰਪੰਚ ਸਾਹਿਬ ਦੀ ਯਾਦ ਦੇ ਵਿੱਚ ਜਿਹੜਾ ਖੇਡ ਮੇਲਾ ਕਰਵਾਇਆ ਜਾ ਰਿਹਾ ਅਸੀਂ ਉਹਨਾਂ ਦੇ ਚੇਲੇ ਹਾਂ ਤੁਸੀਂ ਚੇਲੇ ਉਹਨਾਂ ਦੇ ਕਿਵੇਂ ਦਾ ਸੁਭਾਅ ਜੀ ਸਰਪੰਚ ਸਾਹਿਬ ਦਾ ਜੀ ਬਹੁਤ ਬਹੁਤ 20-25 ਸਾਲ ਅਸੀਂ ਇਕੱਠੇ ਰਹੇ ਹਾਂ ਬਹੁਤ ਦੂਰ ਤੱਕ ਜਾਂਦੇ ਹੁੰਦੇ ਸੀ ਉਹਨਾਂ ਨੂੰ ਬਹੁਤ ਸਾਜਰੇ ਉੱਠ ਕੇ ਜਾਣ ਦਾ ਸ਼ੌਕ ਬੜਾ ਸੀਗਾ ਕੁੱਤਾ ਲਿਜਾਣ ਦਾ ਹੋਰ ਉਹਨਾਂ ਦੀ ਪੰਜਾਬ ਦੇ ਵਿੱਚ ਵਾਕਫੀਅਤ ਬੜੀ ਸੀਗੀ ਦੂਰ ਤੱਕ ਉਹਨਾਂ ਨੂੰ ਲੋਕ ਜਾਣ ਸਾਡੇ ਕੋਲ ਮੌਜੂਦ ਹਨ ਸਾਬਕਾ ਸਿੱਖਿਆ ਮੰਤਰੀ ਜਗਦੀਪ ਸਿੰਘ ਜੀ ਗਰਚਾ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਗਰਚਾ ਸਾਹਿਬ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ। ਅੱਜ ਸਵਰਗ ਵਾਸੀ ਗੁਰਮੇਲ ਸਿੰਘ ਲੀੜ ਉਹਨਾਂ ਦੀ ਯਾਦ ਦੇ ਵਿੱਚ 16ਵਾਂ ਖੇਡ ਮੇਲਾ ਕਰਵਾਇਆ ਜਾ ਰਿਹਾ, ਤੁਸੀਂ ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੁੰਦੇ ਹੋ ਜੀ? ਮੇਰੇ ਬਹੁਤ ਹੀ ਨਜ਼ਦੀਕੀ ਦੋਸਤ ਹਨ ਔਰ ਭੈਣ ਜੀ, ਜਿਨ੍ਹਾਂ ਨੇ ਇੱਥੇ ਬਹੁਤ ਵੱਡਾ ਪ੍ਰਿੰਸੀਪਲ ਸਨ ਔਰ ਬਹੁਤ ਵੱਡਾ ਬੱਚਿਆਂ ਨੂੰ ਬਹੁਤ ਚੰਗੀ ਜੀਵਨ ਬਖਸ਼ਿਸ਼ ਕੀਤਾ। ਇਹਨਾਂ ਦਾ ਹੁਣ ਕਨੇਡਾ ਸੈਟਲ ਹੈ ਸਾਰਾ ਪਰਿਵਾਰ। ਵਾਹਿਗੁਰੂ ਇਹਨਾਂ ਨੂੰ ਹੋਰ ਸਮਰੱਥਾ ਦੇਵੇ ਕਿ ਹੋਰ ਸਾਨੂੰ ਪ੍ਰੇਰਨਾ ਦੇ। ਜਿਵੇਂ ਕਿ ਤੁਸੀਂ ਦੇਖਿਆ ਮਨਦੀਪ ਸਿੰਘ ਜੀ ਕਨੇਡਾ, ਆਪਣੇ ਗੁਰਮੇਲ ਸਿੰਘ ਸਰਪੰਚ ਉਹਨਾਂ ਦੇ ਬੇਟੇ ਅਤੇ ਰਿੰਕਲ ਕਨੇਡਾ ਉਹਨਾਂ ਦੇ ਬੇਟੇ, ਮਾਤਾ ਸੁਰਜੀਤ ਕੌਰ ਸੀ ਪ੍ਰਿੰਸੀਪਲ ਕਨੇਡਾ, ਇਹਨਾਂ ਦੇ ਪਰਿਵਾਰ ਵੱਲੋਂ, ਸਮੂਹ ਨਗਰ ਵੱਲੋਂ, ਇਲਾਕੇ ਵੱਲੋਂ ਜਿਹੜੀਆਂ ਇਹ ਕੁੱਤਿਆਂ ਦੀਆਂ ਟਰੈਕ ਦੌੜਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਈਆਂ ਜਾਂਦੀਆਂ ਹਨ ਹਰ ਸਾਲ ਦੇ ਵਿੱਚ, ਚਾਹੇ ਦੇਸ਼ ਦੇ ਕਿਸੇ ਵੀ ਕੋਨੇ 'ਤੇ ਬੈਠੇ ਹੋਣ। ਪਰ ਆਹ ਦਿਨਾਂ ਦੇ ਵਿੱਚ ਇਹਨਾਂ ਨੇ, ਕਿਉਂਕਿ ਸਰਪੰਚ ਸਾਹਿਬ ਜਿਹੜੇ ਨੇ ਉਹ ਜਿਵੇਂ ਕਿ ਪਰਿਵਾਰ ਨੇ ਦੱਸਿਆ ਵੀ ਉਹਨਾਂ ਨੂੰ ਲਗਾਅ ਸੀ ਛੋਟੇ ਕਤੂਰਿਆਂ ਦੇ ਨਾਲ ਤੋਂ ਲੈ ਕੇ ਵੱਡੇ ਹੋਣ ਤੱਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ, ਇਸ ਕਰਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹਰ ਸਾਲ ਪਿੰਡ ਲੀੜ ਦੇ ਵਿੱਚ ਜਿਹੜੀਆਂ ਖੇਡਾਂ ਨੇ ਕਰਵਾਈਆਂ ਜਾਂਦੀਆਂ ਨੇ। ਮਿਹਰਬਾਨੀ, ਥੈਂਕ ਯੂ ਜੀ।